ਬੱਬੂ ਮਾਨ ਦੇ ਨਾਲ ਦਾ ਬੰਦਾ ਤੇ ਬਬਲਾ ਖੰਟ ਵਾਲਾ ਉਹਨੇ ਬਾਈ ਕਿਸੇ ਨਾ ਕਿਸੇ ਦਾ ਥਰੂ ਫੋਨ ਕੀਤਾ ਕਹਿੰਦਾ ਅਸੀਂ ਆ ਰਹੇ ਹਾਂ 300 ਗੱਡੀ ਲੈ ਕੇ ਮੂਸੇ ਨੂੰ ਮਿਲਦੇ ਆ ਕਹਿੰਦਾ ਤੈਨੂੰ ਵੱਡੇ ਉਹਨੂੰ ਤੇ ਟਰੈਕਟਰ ਲੈਣ ਚੱਲਦੇ ਆ ਬਾਈ ਗਏ ਗੱਡੀ ਚ ਗਏ ਸਕਾਰਪੀਓ ਚ ਹਨਾ ਉਧਰੋਂ ਬਾਈ ਟਰੈਕਟਰ ਆਪ ਚਲਾ ਕੇ ਲੈ ਕੇ ਆਇਆ ਕਹਿੰਦਾ ਅੱਜ ਮੈਂ ਦੇਖ ਹੀ ਲੈਣਾ ਵੀ ਕਿੰਨੀ ਕੁ ਜ਼ਰੂਰਤ ਆ ਇਹਨਾਂ ਚ ਵੀ ਕੋਈ ਆਉਂਦਾ ਕਿ ਨਹੀਂ ਆਉਂਦਾ ਹਨਾ ਕੋਈ ਨੀ ਆਇਆ ਬਾਈ ਕੋਈ ਨੀ ਲੋਕਾਂ ਨੂੰ ਗਮਰਾਹ ਕਰਕੇ ਝੂਠੀ ਸਿਮਤੀ ਨੀ ਲਈਦੀ ਜੇ ਤੂੰ ਕਲਾਕਾਰ ਹੈ ਨਾ ਤਾਂ ਕਲਾਕਾਰੀ ਦੇ ਸਿਰ ਤੇ ਲੋਕਾਂ ਦੇ ਦਿਲ ਜਿੱਤ ਬਾਕੀ ਕਾਕਾ ਤੋਂ ਮਿਲਣ ਦੀਆਂ ਗੱਲਾਂ ਕਰਦਾ ਨਾ ਸਾਡਾ ਪਿੰਡ ਖੰਟ ਹੈ 24 ਘੰਟੇ ਦਰਵਾਜੇ ਖੁੱਲੇ ਜਦ ਮਰਜ਼ੀ ਆ ਜੀ ਜਿਹੜੇ ਮਰਜ਼ੀ ਤਰੀਕੇ ਨਾਲ ਆ ਜੀ ਪਿੱਠ ਨੀ ਦਿਖਾਈ ਕਦੇ ਬੱਬਲਾ ਖੜ ਕੇ ਪੁਗਾਈਆਂ ਸਦਾ ਯਾਰੀਆਂ ਛੱਡ ਗਏ ਸੀ ਸਾਥ ਖੱਚ ਮਿੱਤਰੋ ਪਈਆਂ ਸੀ ਜਾਂ ਸਿਰ ਤੇ ਫਰਾਰੀਆਂ मर गया माँ दा चोर ला 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 ਇੱਥੋਂ ਵਾਲੇ ਸਿਤਾਰਿਆਂ ਖਾਤਰ ਕਈ ਹੁਣ ਜਿਹੜੇ ਕਹਿੰਦੇ ਨੇ ਵੀ ਅਸੀਂ ਬੰਬੇ ਨਹੀਂ ਜਾਂਦੇ ਹਨਾ ਅਗਲੇ ਨੇ ਬਾੜਿਆ ਨਹੀਂ ਤਾਂ ਨਹੀਂ ਜਾਂਦੇ ਬੰਬੇ ਠੀਕ ਭਾਈ ਮੂਸੇ ਵਾਲਾ ਪਸੰਦ ਵੀ ਹੈਗਾ ਬਟ ਮਾਨ ਸਾਹਿਬ ਉਸਤਾਦ ਬੰਦੇ ਹੈਗੇ ਫਿਰ ਤਾਂ ਕਰਕੇ ਉਹ ਵਧੀਆ ਪਸੰਦ ਹੈ ਬੱਬੂ ਮਾਨ ਦੇ ਨਾਲ ਦਾ ਬੰਦਾ ਤੇ ਬਬਲਾ ਖੰਟ ਵਾਲਾ ਉਹਨੇ ਬਾਈ ਕਿਸੇ ਨਾ ਕਿਸੇ ਦਾ ਥਰੂ ਫੋਨ ਕੀਤਾ ਕਹਿੰਦਾ ਅਸੀਂ ਆ ਰਹੇ ਹਾਂ 300 ਗੱਡੀ ਲੈ ਕੇ ਮੂਸੇ ਨੂੰ ਮਿਲਦੇ ਆ ਕਹਿੰਦਾ ਤੈਨੂੰ ਵੱਡੇ ਉਹਨੂੰ ਤੇ ਟਰੈਕਟਰ ਲੈਣ ਚੱਲਦੇ ਆ ਬਾਈ ਗਏ ਗੱਡੀ ਚ ਗਏ ਸਕਾਰਪੀਓ ਚ ਹਨਾ ਉਧਰੋਂ ਬਾਈ ਟਰੈਕਟਰ ਆਪ ਚਲਾ ਕੇ ਲੈ ਕੇ ਆਇਆ ਕਹਿੰਦਾ ਅੱਜ ਮੈਂ ਦੇਖ ਹੀ ਲੈਣਾ ਵੀ ਕਿੰਨੀ ਕੁ ਜ਼ਰੂਰਤ ਆ ਇਹਨਾਂ ਚ ਵੀ ਕੋਈ ਆਉਂਦਾ ਕਿ ਨਹੀਂ ਆਉਂਦਾ ਹਨਾ ਕੋਈ ਨੀ ਆਇਆ ਬਾਈ ਕੋਈ ਲੋਕਾਂ ਨੂੰ ਗਮਰਾਹ ਕਰਕੇ ਝੂਠੀ ਸਿਮਤੀ ਨੀ ਲਈਦੀ ਜੇ ਤੂੰ ਕਲਾਕਾਰ ਹੈ ਨਾ ਤਾਂ ਕਲਾਕਾਰੀ ਦੇ ਸਿਰ ਤੇ ਲੋਕਾਂ ਦੇ ਦਿਲ ਜਿੱਤ ਬਾਕੀ ਕਾਕਾ ਤੋਂ ਮਿਲਣ ਦੀਆਂ ਗੱਲਾਂ ਕਰਦਾ ਨਾ ਸਾਡਾ ਪਿੰਡ ਖੰਟ ਹੈ 24 ਘੰਟੇ ਦਰਵਾਜੇ ਖੁੱਲੇ ਜਦ ਮਰਜ਼ੀ ਆ ਜੀ ਜਿਹੜੇ ਮਰਜ਼ੀ ਤਰੀਕੇ ਨਾਲ ਆ ਜੀ ਪਿੱਠ ਨੀ ਦਿਖਾਈ ਕਦੇ ਬੱਬਲਾ ਖੜ ਕੇ ਪੁਗਾਈਆਂ ਸਦਾ ਯਾਰੀਆਂ ਛੱਡ ਗਏ ਸੀ ਸਾਥ ਖੱਚ ਮਿੱਤਰੋ ਪਈਆਂ ਸੀ ਜਾਂ ਸਿਰ ਤੇ ਫਰਾਰੀਆਂ अच्छा ਜਦੋਂ ਨਾਮ ਤੁਹਾਡਾ ਆਉਂਦਾ ਨਾ ਤੇ ਇਦਾਂ ਕਿਹਾ ਜਾਂਦਾ ਕਿ ਨਾ ਯਾਰ ਇਹ ਤੇ ਨਾ ਪੰਜਾਬੀ ਇੰਡਸਟਰੀ ਦੇ ਸਲਮਾਨ ਖਾਨ ਨੇ ਕਿਉਂਕਿ ਦੋਨਾਂ ਪਰਸਨੈਲਿਟੀਜ਼ ਦੇ ਨਾਲ ਨਾ ਮੂਡੀ ਵਰਡ ਐਡ ਹੋ ਜਾਂਦਾ ਹੈ ਜਦੋਂ ਵੀ ਤੁਹਾਡੀ ਗੱਲ ਹੁੰਦੀ ਹੈ ਨਾ ਤਰੀਕੇ ਦੇ ਇਹ ਕਿਉਂ ਨਹੀਂ ਤੁਸੀਂ ਕਹਿੰਦੇ ਵੀ ਉਹ ਬੱਬੂ ਮਾਨ ਹੈ ਬੰਬੇ ਦਾ ਤੁਸੀਂ ਕਿਸੇ ਗਾਣੇ ਨੂੰ ਵੋਟਾਂ 'ਚ ਖੜਾ ਕੇ ਦੇਖ ਲਓ।
कलाकार की 5 करोड़ क्लिक है, उन्होंने वोटा च खड़ा दो, जे सरपंच जित गया तो मैं कह दो, उदा लगता उन्होंने ऐदा करना ऐदा हो जाएगा, ऐसा कुछ नहीं।